ਵਿਦਿਆਰਥੀਓ ਸਤਿ ਸ੍ਰੀ ਅਕਾਲ ਮੈਂ ਰਣਜੀਤ ਸਿੰਘ ਤੇ ਅੱਜ ਆਪਾਂ ਜਮਾਤ 9 ਦਾ ਜਿਹੜਾ ਲੋਕ ਕਾਵ ਹੈ ਤੇ ਉਸ ਦੀ ਵੰਗੀ ਹੈ ਜਿਹੜੀ ਘੋੜੀਆਂ ਅੱਜ ਆਪਾਂ ਘੋੜੀ ਜਿਹੜੇ ਘੋੜੀਆਂ ਦੇ ਗੀਤ ਹੈ ਜਿਹੜੇ ਉਹਨਾਂ ਬਾਰੇ ਆਪਾਂ ਅੱਜ ਪੜਾਂਗੇ ਘੋੜੀ ਜਿਹੜੀ ਆਪਾਂ ਜਦੋਂ ਆਪਾਂ ਪਰਿਭਾਸ਼ਾ ਪੜਨ ਲੱਗੇ ਸਾਂ ਉਦੋਂ ਆਪਾਂ ਇਹ ਗੱਲ ਕੀਤੀ ਸੀ ਕਿ ਜਿਹੜੇ ਮੁੰਡੇ ਦੇ ਵਿਆਹ ਦੇ ਜਿਹੜੇ ਘੋੜੀ ਚੜਾਉਂਦਿਆਂ ਸਮੇਂ ਇੱਕ ਰਸਮ ਹੈ ਜਿਹੜੀ ਅਦਾ ਕੀਤੀ ਜਾਂਦੀ ਹੈ ਨਿਭਾਈ ਜਾਂਦੀ ਹੈ ਤੇ ਉਸ ਰਸਮ ਨੂੰ ਜਿਹੜਾ ਹੈ ਉਸੇ ਸ਼ਗਨਾ ਦੇ ਜਿਹੜੇ ਗੀਤ ਗਾਏ ਜਾਂਦੇ ਹੈ ਉਸ ਵਕਤ ਤੇ ਉਹਨਾਂ ਗੀਤਾਂ ਨੂੰ ਜਿਹੜਾ ਹੈ ਘੂੜੀਆਂ ਕਿਹਾ ਜਾਂਦਾ ਹੈ ਤੇ ਆ ਅੱਜ ਇੱਕ ਘੂੜੀ ਦਾ ਗੀਤ ਹੈ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ਆਪਾਂ ਅੱਗੇ-ਅੱਗੇ ਦੇਖਾਂਗੇ ਇਹਦੇ ਇਹ ਗੀਤ ਵਿੱਚ ਕੀ ਕੁਛ ਹੁੰਦਾ ਹੈ ਠੀਕ ਹੈ ਕਿਸ ਤਰ੍ਹਾਂ ਮਾਂ ਹੈ ਜਿਹੜੀ ਆਪਣੇ ਪੁੱਤ ਤੋਂ ਬਲਿਹਾਰੇ ਜਾਂਦੀ ਹੈ ਵਾਰੇ ਜਾਂਦੀ ਹੈ ਇਹ ਹੈ ਕਿ ਮੈਂ ਬਲਿਹਾਰੀ ਵੇ ਮਾਂ ਦੇਆ ਸੁਰਜਣਾ ਥੋੜਾ ਜਾਂ ਇੱਕ ਬਸ ਜਿਹੜਾ ਹੈ ਬੰਦ ਹੈ ਇਹਦਾ ਮੈਂ ਗੂੰਗੁਣਾ ਕੇ ਦੱਸ ਦਿੰਨਾ ਤੁਹਾਨੂੰ ਕੋੜੀ ਤੇਰੀ ਵੇ ਮੱਲਾ ਸੋਣੀ ਸੋਣੀ ਸੋਂਦੀ ਕਾਠੀਆਂ ਦੇ ਨਾਲ ਕਾਠੀ ਡੇਢ ਤੇ ਹਜ਼ਾਰ ਮੈਂ ਬਲੇਹਾਰੀ ਵੇ ਮਾਂデア ਸੁਰਜਣਾ ਸੁਰਜਣਾ ਵੇ ਮੈਂ ਬਲੇਹਾਰੀ ਵੇ ਮਾਂデア ਸੁਰਜਣਾ ਸੋ ਇਸ ਤਰ੍ਹਾਂ ਕਰਕੇ ਆਪਾਂ ਜਿਹੜਾ ਹੈ ਇਸ ਨੂੰ ਜਦੋਂ ਆਪਾਂ ਮੁੰਡੇ ਦੇ ਵਿਆਹ 'ਚ ਜਿਹੜਾ ਹੈ ਆਪਾਂ ਇਹ गा ਵੀ ਸਕਦੇ ਹਾਂ ਹਨ ਘੋੜੀ ਤੇਰੀ ਵੇ ਮੱਲਾ ਸੋਹਣੀ ਹੁਣ ਜਿਹੜੀ ਜਦੋਂ ਲਾੜੇ ਨੂੰ ਜਾਂ ਮੁੰਡੇ ਨੂੰ ਘੋੜੀ ਚੜਾਇਆ ਜਾਂਦਾ ਹੈ ਤੇ ਉਸ ਵਕਤ ਜਿਹੜੀ ਮਾਂ ਦੇ ਅੰਦਰ ਜਿਹੜਾ ਹੈ ਆਪਣੇ ਪੁੱਤ ਦੇ ਪ੍ਰਤੀ ਜਿਹੜਾ ਲਾੜਾ ਬਣਿਆ ਹੋਇਆ ਹੈ ਉਹਦੇ ਪ੍ਰਤੀ ਜਿਹੜਾ ਪਿਆਰ ਉਮੜਦਾ ਹੈ ਠੀਕ ਹੈ ਪਿਆਰ ਜਿਹੜਾ ਹੈ ਡੁੱਲ ਡੁੱਲ ਪੈਂਦਾ ਹੈ ਉਸੇ ਚ ਉਹ ਇਹ ਗੀਤ ਇੱਕ ਤਰ੍ਹਾਂ ਦਾ ਲੋਕ ਗੀਤ ਹੈ ਜਿਹੜਾ ਨਿਕਲਿਆ ਹੈ ਕਿ ਘੋੜੀ ਤੇਰੀ ਵੇ ਮੱਲਾ ਸੋਣੀ ਇਥੇ ਘੋੜੀ ਦੀ ਸਿੱਖਤ ਵੀ ਹੋ ਰਹੀ ਹੈ ਕਿ ਘੋੜੀ ਮੱਲਾ ਮੱਲਾ ਦਾ ਮਤਲਬ ਆਪਣੇ ਪੁੱਤਰ ਨੂੰ ਠੀਕ ਹੈ ਕਦੇ ਪੁੱਤ ਨੂੰ ਜਿਹੜਾ ਹੈ ਰਾਜਾ ਆਖਿਆ ਜਾਂਦਾ ਹੈ ਕਦੇ ਬੰਨਾ ਆਖਿਆ ਜਾਂਦਾ ਹੈ ਕਦੇ ਮੱਲਾ ਆਖਿਆ ਜਾਂਦਾ ਹੈ ਕਦੇ ਸੁਰਜਣਾ ਆਖਿਆ ਜਾਂਦਾ ਹੈ ਇਹ ਸਾਰੇ ਨਾਂ ਹੈ ਜਿਹੜੇ ਉਹ ਲਾੜ ਨਾਲ ਪੁੱਤ ਨੂੰ ਦਿੱਤੇ ਗਏ ਹੈ ਲਾੜੇ ਨੂੰ ਘੋੜੀ ਤੇਰੀ ਵੇ ਮੱਲਾ ਸੋਣੀ ਘੋੜੀ ਤੇਰੀ ਬਹੁਤ ਸੋਹਣੀ ਹੈ ਔਰ ਸੋਹਣੀ ਸੁੰਦੀ ਕਾਠੀਆਂ ਦੇ ਨਾਲ ਉੱਤੇ ਜਿਹੜੀਆਂ ਕਾਠੀਆਂ ਪਾਈਆਂ ਘੋੜੀ ਦੇ ਕੱਠ ਉਹ ਵੀ ਬਹੁਤ ਸੋਹਣੀਆਂ ਨੇ ਬੜੀਆਂ ਫੱਬ ਰਹੀਆਂ ਨੇ ਤੇ ਕਾਠੀ 1.5 ਤੇ ਹਜ਼ਾਰ ਇੱਥੇ ਕਾਠੀ 1.5 ਤੇ ਹਜ਼ਾਰ ਦਾ ਮਤਲਬ ਹੈ ਕਿ ਕਾਠੀ ਦਾ ਜਿਹੜਾ ਮੁੱਲ ਹੈ ਉਹ ਉਹ ਜਿਹੜਾ ਹੈ ਉਹ 1.5 ਹਜ਼ਾਰ ਹੈ ਹੈਨਾ ਕਾਠੀ ਦਾ ਮੁੱਲ ਕਿੰਨਾ ਹੈ 1.5 ਹਜ਼ਾਰ ਇਹ ਉਸ ਜ਼ਮਾਨੇ ਦੀ ਗੱਲ ਹੈ ਜਦੋਂ 1.5 ਹਜ਼ਾਰ ਬਹੁਤ ਵੱਡੀ ਰਕਮ ਹੁੰਦੀ ਸੀ ਤਾਂ ਇੱਥੇ ਇੱਕ ਇਹ ਵੀ ਗੱਲ ਹੈਗੀ ਹੈ ਕਿ ਇਹ ਮਤਲਬ ਇਹਦੇ ਇਹਨਾਂ ਗੀਤਾਂ ਵਿੱਚ ਕਿਤੇ ਅਲੰਕਾਰਿਕ ਸ਼ਬਦਾਵਲੀ ਯਾਨੀ ਕਿ ਕੁਝ ਗੱਲ ਨੂੰ ਜਿਹੜਾ ਹੈ ਉਹ ਵਡਿਆ ਕੇ ਉੱਚਾ ਕੇ ਜਿਹੜਾ ਹੈ ਆਖਿਆ ਜਾਂਦਾ ਸੀ ਇਸ ਕਰਕੇ ਇੱਥੇ ਕਿਹਾ ਗਿਆ ਹੈ ਕਿ ਕਾਠੀ 1.5 ਤੇ ਹਜ਼ਾਰ ਠੀਕ ਹੈ ਮੈਂ ਬਲਿਹਾਰੀ ਵੇ ਮੰਨ ਰਿਆ ਸੁਰਜਣਾ ਸੁਰਜਣ ਹੁੰਦਾ ਹੈਗਾ ਜਿਹੜਾ ਭਲਾ ਇਨਸਾਨ ਚੰਗਾ ਠੀਕ ਹੈ ਤੇ ਮਾਂ ਨੂੰ ਜਿਹੜਾ ਹੈ ਆਪਦਾ ਪੁੱਤ ਹੈ ਜਿਹੜਾ ਉਹ ਨੇਕ ਇਨਸਾਨ ਚੰਗਾ ਹੀ ਲੱਗਦਾ ਤੇ ਮੈਂ ਬਲਿਹਾਰੀ ਬਲਿਹਾਰੀ ਹੁੰਦਾ ਹੈਗਾ ਕੁਰਬਾਨ ਜਾਣਾ ਤੇ ਮਾਂ ਜਿਹੜੀ ਹੈ ਆਪਣੇ ਪੁੱਤ ਨੂੰ ਘੋੜੀ ਚੜ੍ਹਾ ਵੇਖ ਕੇ ਉਸ ਤੋਂ ਕੁਰਬਾਨ ਜਾਂਦੀ ਹੈ ਬਲਿਹਾਰੀ ਜਾਂਦੀ ਹੈ ਠੀਕ ਹੈ ਘੋੜੀ ਹੈ ਜਿਹੜੀ ਉਹ ਭੈਣਾ ਦੁਆਰਾ ਵੀ ਗਾ ਦਿੱਤੀ ਜਾਂਦੀ ਹੈ ਤੇ ਮਾਂ ਦੁਆਰਾ ਵੀ ਤੇ ਦਾਦੀ ਦੁਆਰਾ ਵੀ ਸ਼ਗਨ ਮਨਾਏ ਜਾਂਦੇ ਹੈ ਹਨਾ ਅੱਗੇ ਹੈ ਕਿ ਸੁਰਜਣਾ ਵਿੱਚ ਵਿੱਚ ਬਾਗਾਂ ਦੇ ਤੁਸੀਂ ਆਇਓ ਠੀਕ ਹੈ ਤੁਸੀਂ ਬਾਗਾਂ ਦੇ ਵਿੱਚ ਵਿੱਚ ਦੀ ਜਿਹੜੇ ਹੈ ਆਇਓ ਤੇ ਚੋਟ ਨਗਾਰਿਆਂ ਤੇ ਲਾਇਓ ਤੇ ਨਗਾਰਿਆਂ ਦੇ ਨਾਲ ਜਿਹੜਾ ਹੈ ਸੱਜ ਧੱਜ ਕੇ ਜਿਵੇਂ ਮਤਲਬ ਪੂਰੇ ਸ਼ਾਨ ਸ਼ੌਕਤ ਨਾਲ ਠਾਠ ਬਾਠ ਨਾਲ ਬਰਾਤ ਜਿਵੇਂ ਰਾਜਾ ਮਹਾਰਾਜਿਆਂ ਦੀ ਬਰਾਤ ਜਾਂਦੀ ਹੈ ਇਸ ਤਰ੍ਹਾਂ ਜਿਹੜੀ ਹੈ ਜੰਝ ਹੈ ਜਿਹੜੀ ਉਹ ਚੜਨੀ ਚਾਹੀਦੀ ਹੈ ਤੇ ਨਗਾਰਿਆਂ ਤੇ ਚੋਟ ਜਿਹੜੀ ਹੈ ਲਾਉਣੀ ਚਾਹੀਦੀ ਹੈ ਹਣਾ ਨਗਾਰਿਆਂ ਤੇ ਚੋਟ ਨਗਾਰਿਆਂ ਤੇ ਲਾਓ ਹਣ ਲਾਓ ਤੇ ਖਾਣਾ ਰਾਜਿਆਂ ਦੇ ਤੁਸੀਂ ਅੱਗੇ ਜਿਹੜਾ ਖਾਣਾ ਹੈ ਉਹ ਰਾਜਿਆਂ ਦੇ ਘਰੇ ਰਾਜਿਆਂ ਦਾ ਮਤਲਬ ਇੱਥੇ ਕਿ ਜਿਹੜੇ ਅੱਗੇ ਰਿਸ਼ਤੇਦਾਰ ਨੇ ਜਿਨ੍ਹਾਂ ਦੇ ਘਰੇ ਪੁੱਤ ਨੇ ਜਿਹੜਾ ਹੈ ਲਾੜੀ ਨੂੰ ਵਿਆਹਣ ਜਾਣਾ ਹੈ ਉਹ ਵੀ ਅੱਗੋਂ ਬਹੁਤ ਸਰਦਾ ਪੁੱਜਦੇ ਜਿਹੜੇ ਹੈ ਘਰ ਹੈ ਯਾਨੀ ਕਿ ਜਿਹੋ ਜਿਹਾ ਖਾਨਦਾਨ ਮੁੰਡੇ ਦਾ ਹੈ ਉਸੇ ਤਰ੍ਹਾਂ ਦਾ ਖਾਨਦਾਨ ਜਿਹੜਾ ਹੈ ਅੱਗੇ ਸਰਦਾ ਪੁੱਜ ਦਾ ਜਿਹੜਾ ਖਾਨਦਾਨ ਹੈ ਉਹ ਅੱਗੇ ਕੁੜੀ ਵਾਲੇ ਵੀ ਹਨ ਤਾਂ ਇੱਥੇ ਖਾਣਾ ਰਾਜਿਆਂ ਦੇ ਖਾਇਓ ਮੈਂ ਬਲਿਹਾਰੀ ਵੇ ਮਾਂ ਰਿਆ ਸੁਰਜਣਾ ਮੈਂ ਬਲਿਹਾਰੀ ਵੇ ਮੇਰੇ ਨੇਕ ਪੁੱਤਾਂ ਮੈਂ ਤੇithੋ ਕੁਰਬਾਨ ਜਾਂਦੀ ਹਾਂ ਇਸ ਤੋਂ ਬਾਅਦ ਹੈ ਸ਼ੈਲ ਨਵਾਬਾਂ ਦੇ ਘਰ ਟੁੱਕਣਾ ਸ਼ੈਲ ਨਵਾਬਾਂ ਦੇ ਘਰ ਟੁੱਕਣਾ ਠੀਕ ਹੈ ਟੁੱਕਣਾ ਉਮਰਾਵਾਂ ਦੀ ਤੇਰੀ ਚਾਲ ਉਸੇ ਤਰ੍ਹਾਂ ਹੀ ਇਹਨੂੰ ਜਿਹੜਾ ਆਪਾਂ ਜੇ ਅਗਰ ਗਾਉਣਾ ਚਾਹੇ ਤਾਂ ਉਹ ਜਿਹੜੀ ਪਹਿਲੀ ਆਪਾਂ ਤਰਜ਼ ਦੱਸੀ ਹੈ ਉਸ ਤਰ੍ਹਾਂ ਗਾ ਸਕਦੇ ਆ ਜਾਂ ਹੋਰ ਵੀ ਕੋਈ ਪੁਰਾਣੀਆਂ ਬਜ਼ੁਰਗ ਜਿਹੜੀਆਂ ਔਰਤਾਂ ਨੇ ਉਹ ਤੁਹਾਨੂੰ ਦੱਸ ਸਕਦੀਆਂ ਨੇ ਜੇ ਵਿਆਹ 'ਚ ਤੁਸੀਂ ਤੁਹਾਨੂੰ ਗਾਉਣ ਦਾ ਮੌਕਾ ਮਿਲੇ ਤੁਸੀਂ ਇਸ ਨੂੰ ਗਾ ਸਕਦੇ ਹੋ ਪਰ ਇੱਥੇ ਆਪਾਂ ਇਹਨਾਂ ਦੇ ਅਰਥ ਦੇਖਦੇ ਆਂ ਕਿ ਸ਼ੈਲ ਨਵਾਬਾਂ ਦੇ ਘਰ ਟੁਕਣਾ ਹੁਣ ਅੱਗੇ ਕੀ ਹੈ ਕਿ ਸ਼ੈਲ ਹੁੰਦੇ ਹੈਗੇ ਆ ਜਿਹੜੇ ਇੱਕ ਤਰ੍ਹਾਂ ਦੇ ਚੰਗੀ ਸ਼ਬੀ ਵਾਲੇ ਸੁੰਦਰ ਠੀਕ ਹੈ ਚੰਗੀ ਸ਼ਬੀ ਵਾਲੇ ਜਾਂ ਸੁੰਦਰ ਜਿਹੜੇ ਹੁੰਦੇ ਆ ਉਹ ਤੇ ਨਵਾਬ ਅਮੀਰ ਠੀਕ ਹੈ ਤੇ ਸ਼ੈਲ ਨਵਾਬਾਂ ਦੇ ਘਰ ਟੁੱਕਣਾ ਵੀ ਅੱਗੇ ਤੁਸੀਂ ਮਤਲਬ ਕੀ ਹੈਗਾ ਗਾਂ ਜਿਹੜੇ ਹੈਗੇ ਆ ਕੁੜੀ ਵਾਲੇ ਆ ਉਹ ਵੀ ਜਿਹੜੇ ਹੈ ਸ਼ੈਲ ਨੇ ਸੁੰਦਰ ਨੇ ਤੇ ਨਵਾਬ ਨਵਾਬ ਅਖਵਾਉਂਦੇ ਹੈ ਆਪਣੇ ਆਪ ਜਿਨ੍ਹਾਂ ਦੇ ਘਰੇ ਤੁਸੀਂ ਟੁੱਕਣਾ ਹੈ ਟੁੱਕਣਾ ਦਾ ਮਤਲਬ ਤੁਸੀਂ ਬਰਾਤ ਲੈ ਕੇ ਜਾਣੀ ਹੈ ਹੈਨਾ ਉਮਰਾਵਾਂ ਦੀ ਤੇਰੀ ਚਾਲ ਉਮਰਾਵਾਂ ਉਮਰਾਵਾਂ ਹੁੰਦਾ ਹੈਗਾ ਇੱਕ ਤਰ੍ਹਾਂ ਦਾ ਜਿਹੜੇ ਅਮੀਰ ਸ਼ਬਦ ਹੈ ਅਮੀਰ ਦਾ ਬਹੁਵਚਨ ਹੈ ਠੀਕ ਹੈ ਅਮੀਰ ਧਨਾੜ ਤੇ ਉਹਦਾ ਬਹੁਵਚਨ ਹੈ ਉਮਰਾਵਾਂ ਉਮਰਾਵਾਂ ਦੀ ਤੇਰੀ ਚਾਲ ਯਾਨੀ ਕਿ ਤੇਰੇ ਚੰਗੇ ਸਰਦਾਰਾਂ ਵਾਲੀ ਤੇਰੀ ਚਾਲ ਹੈ ਠੀਕ ਹੈ ਯਾਨੀ ਕਿ ਇੱਥੇ ਪਤਾ ਲੱਗ ਰਿਹਾ ਹੈ ਕਿ ਜਿਹੜਾ ਮੁੰਡਾ ਹੈ ਉਹ ਇੱਕ ਚੰਗੇ ਖਾਨਦਾਨ ਤੋਂ ਹੈ ਠੀਕ ਹੈ ਸਰਦੇ ਪੁੱਜਦੇ ਘਰ ਤੋਂ ਹੈ ਸਰਦਾਰਾਂ ਦੇ ਘਰ ਤੋਂ ਹੈ ਤੇ ਉਸੇ ਕਰਕੇ ਉਹ ਮਰਾਵਾਂ ਦੀ ਤੇਰੀ ਚਾਲ ਵਿੱਚ ਸਰਦਾਰਾਂ ਦੇ ਤੇਰਾ ਬੈਠਣਾ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ਅੱਗੇ ਜਾ ਕੇ ਵੀ ਤੂੰ ਜਿਹੜਾ ਹੈ ਸਰਦਾਰ ਲੋਕਾਂ ਵਿੱਚ ਜਾਂ ਮਤਲਬ ਕਹਿੰਦੇ ਕਹਾਉਂਦੇ ਲੋਕਾਂ ਵਿੱਚ ਤੂੰ ਜਾ ਕੇ ਬੈਠਣਾ ਹੈ ਜਾਂ ਤੇਰਾ ਉੱਥੇ ਜਾ ਕੇ ਸੰਬੰਧ ਜਿਹੜਾ ਹੈ ਉਹ ਜੁੜਨਾ ਹੈ ਠੀਕ ਹੈ ਇਸ ਗੱਲੋਂ ਮਾਂ ਜਿਹੜੀ ਹੈ ਉਹ ਆਪਣੇ ਪੁੱਤ ਤੋਂ ਵਾਰੇ ਜਾਂਦੀ ਹੈ ਬਲਿਹਾਰੇ ਜਾਂਦੀ ਹੈ ਫਿਰ ਹੈ ਚੀਰਾ ਤੇਰਾ ਵੇ ਮੱਲਾ ਸੋਣਾ ਚੀਰਾ ਇੱਥੇ ਚੀਰਾ ਠੀਕ ਹੈ ਮੱਲਾ ਫਿਰ ਪੁੱਤਰ ਨੂੰ ਕਿਹਾ ਗਿਆ ਹੈ ਚੀਰਾ ਚੀਰਾ ਸਿਰ ਤੇ ਪੱਗ ਬੰਨੀ ਹੈ ਹਨ ਉਸ ਨੂੰ ਚੀਰਾ ਕਹਿ ਦਿੰਦੇ ਐ ਸੋਣਾ ਸੁੰਦਾ ਕਲਗੀਆਂ ਦੇ ਨਾਲ ਕਲਗੀ ਹੁੰਦੀ ਹੈ ਉੱਪਰ ਲੱਗੀ ਠੀਕ ਹੈ ਪੱਗ ਦੇ ਉੱਪਰ ਕਲਗੀ ਲਾਈ ਜਾਂਦੀ ਹੈ ਇੱਕ ਜਿਵੇਂ ਕਈਆਂ ਦੇ ਮਤਲਬ ਪੰਛੀਆਂ ਦੇ ਉੱਪਰ ਕਈਆਂ ਦੇ ਬੋਦੀ ਹੁੰਦੀ ਹੈ ਠੀਕ ਹੈ ਐਕਸਟਰਾ ਇੱਕ ਉਹ ਇੱਕ ਕਲਗੀ ਵੀ ਹੁੰਦੀ ਹੈ ਲਾਈ ਵੀ ਜਿਹੜੀ ਮਤਲਬ ਖੰਭਦਾਰ ਹੁੰਦੀ ਹੈ ਠੀਕ ਹੈ ਉਹ ਉਹਨੂੰ ਬੋਲਿਆ ਜਾਂਦਾ ਹੈ ਕਲਗੀ ਤੇ ਉਹ ਵੀ ਸਜਾਵਟ ਲਈ ਹੁੰਦੀ ਹੈ ਠੀਕ ਹੈ ਰਾਜਾ ਮਹਾਰਾਜੇ ਅੱਗੇ ਲਾਉਂਦੇ ਸਨ ਠੀਕ ਹੈ ਸੋਨ ਦਾ ਕਲਗੀਆਂ ਦੇ ਨਾਲ ਚੀਰਾ ਚੀਰਾ ਯਾਨੀ ਕਿ ਪੱਗ ਠੀਕ ਹੈ ਸੋਹਦੀ ਕਲਗੀਆਂ ਦੇ ਨਾਲ ਕਲਗੀ 1.5 ਤੇ ਹਜ਼ਾਰ ਕਲਗੀ ਦਾ ਕੀ ਮੁੱਲ ਹੈ ਕੀ ਡੇਢ ਤੇ ਹਜ਼ਾਰ ਯਾਨੀ ਕਿ ਬਹੁਤ ਮਹਿੰਗੀ ਇੱਥੇ ਡੇਢ ਤੇ ਹਜ਼ਾਰ ਦਾ ਮਤਲਬ ਹੈ ਬਹੁਤ ਮਹਿੰਗੀ ਜਿਹੜੀ ਹੈ ਤੇ ਬੜੀ ਕਲਗੀ ਨਾਲ ਤੇਰੇ ਚੀਰੇ ਦੀ ਜਿਹੜੀ ਸ਼ਾਨੋ ਸ਼ੌਕਤ ਹੈ 662 ਹੈ ਉਹ ਹੋਰ ਵੀ ਵਧੀਆ ਲੱਗ ਰਹੀ ਹੈ ਸੋਹਣੀ ਲੱਗ ਰਹੀ ਹੈ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ਤੇ ਮਾਂ ਤੇਰੇ ਇਸ ਰੂਪ ਤੋਂ ਸਦਕੇ ਜਾ ਰਹੀ ਹੈ ਬਲਿਹਾਰੇ ਜਾ ਰਹੀ ਹੈ ਠੀਕ ਹੈ ਅੱਗੇ ਚੱਲੋ ਕੈਂਠਾ ਤੇਰਾ ਵੇ ਮੱਲਾ ਸੋਣਾ ਹੁਣ ਇੱਥੇ ਕੈਂਠਾ ਆਇਆ ਕੈਂਠਾ ਸ਼ਬਦ ਜਿਹੜਾ ਗਲ ਚ ਪਾਉਣ ਵਾਲਾ ਗਹਿਣਾ ਹੁੰਦਾ ਸੀ ਅੱਗੇ ਸਿਉਨੇ ਦੇ ਜਿਹੜੇ ਹੈ ਆਪਾਂ ਸੋਨਾ ਆਖਦੇਗੇ ਜਾਂ ਸਿਉਨਾ ਆਖਦੇਗੇ ਉਹ ਗਹਿਣੇ ਬਣਾਏ ਜਾਂਦੇ ਸਨ ਹਨ ਤੇ ਉਹਦੇ ਵਿੱਚ ਫਿਰ ਜੁਗਨੀ ਜੁਗਨੀਆਂ ਠੀਕ ਹੈ ਸੁੰਨ ਦਾ ਜੁਗਨੀਆਂ ਦੇ ਨਾਲ ਜੁਗਨੀ ਵੀ ਇੱਕ ਤਰ੍ਹਾਂ ਦਾ ਗਲ ਦਾ ਗਹਿਣਾ ਹੁੰਦਾ ਹੈ ਜੁਗਨੀ ਇੱਕ ਜਿਹੜੀ ਹੈ ਕਲਪਤ ਔਰਤ ਵੀ ਮੰਨੀ ਗਈ ਹੈ ਜਦੋਂ ਆਪਣੇ ਗਾਣਿਆਂ ਚ ਆਪਾਂ ਕਿਤੇ ਪੜ੍ਹਦੇ ਆ ਸੁਣਦੇ ਆ ਤੁਸੀਂ ਕਿ ਜੁਗਨੀ ਜਾਵੜੀ ਪਟਿਆਲੇ ਜਾਂ ਜੁਗਨੀ ਜਾਵੜੀ ਕਲਕੱਤੇ ਠੀਕ ਹੈ ਇਸ ਤਰ੍ਹਾਂ ਜੁਗਣੀ ਜਾਵੜੀ ਸ਼ਹਿਰ ਜਲੰਧਰ ਉਹ ਜੁਗਣੀ ਇੱਕ ਕਲਪਤਨਾਰ ਮੰਨੀ ਗਈ ਹੈ ਇੱਕ ਔਰਤ ਮੰਨੀ ਗਈ ਹੈ ਪਰ ਇੱਥੇ ਜੁਗਣੀ ਜਿਹੜਾ ਹੈ ਉਹ ਇੱਕ ਗਹਿਣੇ ਦਾ ਨਾਮ ਆਇਆ ਹੈ ਠੀਕ ਹੈ ਗਲਚ ਪਾਉਣ ਵਾਲਾ ਗਹਿਣਾ ਤੇ ਉਹ ਕੈਂਠੇ ਦੇ ਨਾਲ ਹੀ ਜਿਹੜੀਆਂ ਪਾਈਆਂ ਵੀ ਹੈ ਉਹਨਾਂ ਨਾਲ ਉਹ ਫੱਬ ਰਿਹਾ ਹੈ ਕੈਂਠਾ ਜਿਹੜਾ ਹੈ ਹਨਾ ਠੀਕ ਹੈ ਕੈਂਠਾ ਮਤਲਬ ਕੰਠ ਤੇ ਪਾਉਣ ਵਾਲਾ ਕੰਠ ਤੇ ਪਾਉਣ ਵਾਲਾ ਗਹਿਣਾ ਹੈ ਉਹ ਇਹ ਜ਼ਰੂਰੀ ਨਹੀਂ ਕਿ ਗਲਚ ਪਾਉਣ ਵਾਲਾ ਗਹਿਣੇ ਹੋਰ ਵੀ ਹੁੰਦੇ ਆ ਪਰ ਉਹਨੂੰ ਕੈਂਠਾ ਨਹੀਂ ਆਖਿਆ ਜਾਂਦਾ ਪਰ ਇਹਦਾ ਵਿਸ਼ੇਸ਼ ਨਾਮ ਇੱਕ ਖਾਸ ਨਾਮ ਰੱਖ ਦਿੱਤਾ ਗਿਆ ਠੀਕ ਹੈ ਕੈਂਠਾ ਤੇ ਸੋਨ ਦਾ ਜੁਗਨੀਆਂ ਜੁਗਨੀਆਂ ਦੇ ਨਾਲ ਠੀਕ ਹੈ ਜੁਗਨੀਆਂ ਦੇ ਨਾਲ ਹੋਰ ਵੀ ਸੋਹਣਾ ਲੱਗ ਰਿਹਾ ਹੈ ਤੇਰੇ ਗਲ ਵਾਲਾ ਜਿਹੜਾ ਕੈਂਠਾ ਹੈ ਤੇ ਜੁਗਨੀ 1.5 ਤੇ 1000 ਠੀਕ ਹੈ ਜੁਗਨੀ ਵੀ ਜਿਹੜੀ ਹੈ ਉਹ ਉਹਨਾਂ ਦਾ ਮੁੱਲ ਵੀ ਬਹੁਤ ਹੈ ਯਾਨੀ ਕਿ ਉਹ ਵੀ ਬਹੁਤ ਕੀਮਤੀ ਨੇ ਠੀਕ ਹੈ ਤੇ ਉਹ ਵੀ ਮਤਲਬ ਕੀ ਹੈਗਾ ਬਹੁਤ ਜਿਹੜੀਆਂ ਹੈ ਕੈਂਠੇ ਨਾਲ ਬਹੁਤ ਹੀ ਸੋਹਣੀਆਂ ਲੱਗ ਰਹੀਆਂ ਹਨ ਠੀਕ ਹੈ ਤੇ ਮੈਂ ਬਲਿਹਾਰੀ ਵੇ ਮੰਦਾ ਸੁਰਜਣਾ اے میرے نیک پوتّا میں تیرے اس روپ توں اس سونے روپ توں میں بلہارے جانی ہاں صدکے جانی ہاں قربان جانی ہاں اگے ہے جامہ تیرا وے مલ્લા سونا جامہ تیرا جامہ جڑا اپنے پوشاک ਪਾਈ ਜਾਂਦੀ ਹੈ ਹਨ ਉਸ ਨੂੰ ਕਹਿੰਦੇ ਹੈ جامہ جامہ تیرا وے مલ્લા مલ્લા ਪੁੱਤਰ ਨੂੰ کہہ رہی ہے ਵੀ ਸੋਣਾ ਔਰ ਸੋਹਣਾ ਇੰਨਾ ਸੋਹਣਾ ਹੈ ਕਿ ਸੁੰਦਾ ਤਣੀਆਂ ਦੇ ਨਾਲ ਠੀਕ ਹੈ ਨਾਲ ਉਹਦੀ ਤਣੀਆਂ ਹੈ ਯਾਨੀ ਕਿ ਮਤਲਬ ਜਿਹੜਾ ਜਾਮਾ ਪਾਇਆ ਹੈ ਠੀਕ ਹੈ ਉਹ ਇੱਕ ਤਰ੍ਹਾਂ ਦਾ ਤਣਿਆ ਰਵੇ ਪੂਰਾ ਹਨ ਇਸ ਤਰ੍ਹਾਂ ਜਿਵੇਂ ਹੁਣ ਆਪਾਂ ਕਈ ਵਾਰੀ ਮਤਲਬ ਜਿਹੜੀ ਹੈ ਆਪਣੇ ਕੋਟ ਤੇ ਜਾਂ ਹੋਰ ਤੇ ਤਣੀਆਂ ਲੱਗੀਆਂ ਹੁੰਦੀਆਂ ਕਸਣ ਵਾਸਤੇ ਇਸ ਤਰ੍ਹਾਂ ਉਸੇ ਤਰ੍ਹਾਂ ਇਹ ਜਾਮੇ ਤੇ ਤਣੀਆਂ ਲੱਗੀਆਂ ਹੁੰਦੀਆਂ ਉਸ ਨੂੰ ਪੂਰਾ ਤਣ ਕੇ ਰੱਖਦੇ ਆ ਹਨ ਇਸ ਕਰਕੇ ਸੁੰਨ ਦਾ ਤਣੀਆਂ ਦੇ ਨਾਲ ਤਣੀਆਂ ਡੇਢ ਤੇ ਹਜ਼ਾਰ ਠੀਕ ਹੈ ਤਣੀਆਂ ਵੀ ਬਹੁਤ ਨੇ ਠੀਕ ਹੈ ਔਰ ਉਹ ਫੱਬ ਵੀ ਰਹੀਆਂ ਨੇ ਬੜੀਆਂ ਸੋਹਣੀਆਂ ਲੱਗ ਰਹੀਆਂ ਨੇ ਤਣੀਆਂ ਜਿਹੜੀਆਂ ਇਸ ਜਾਮੇ ਤੇ ਠੀਕ ਹੈ ਮੈਂ ਬਿលਿਹਾਰੀ ਵੇ ਮਾਂ ਦਿਆ ਸੁਰਜਣਾ ਤੇ ਮੈਂ ਤੇਰੇ ਇਸ ਜਿਹੜੇ ਤੇਰੇ ਇਹ ਜਾਮਾ ਪਾਇਆ ਹੈ ਜ ਠੀਕ ਹੈ ਤੇ ਉਹਦੇ ਤੇ ਜਿਹੜੀਆਂ ਤਣੀਆਂ ਹਨ ਉਹ ਬੜੀਆਂ ਹੀ ਫੱਬ ਰਹੀਆਂ ਹਨ ਸੋਹਣੀਆਂ ਲੱਗ ਰਹੀਆਂ ਹਨ ਤੇ ਮੈਂ ਤੇਰੀ ਇਸ ਪੋਸ਼ਾਕ ਤੋਂ ਇਸ ਤੇਰੀ ਸੁੰਦਰਤਾ ਤੋਂ ਮੈਂ ਬਲਿਹਾਰੇ ਜਾਂਦੀ ਹਾਂ ਫਿਰ ਹੈ ਸੁਰਜਣਾ ਵਿੱਚ ਵਿੱਚ ਬਾਗਾਂ ਦੇ ਤੁਸੀਂ ਆਇਓ ਬਾਗਾਂ ਦੇ ਹੈਨਾ ਵਿੱਚ ਕਿੱਥੋਂ ਦੀ ਲੰਘ ਕੇ ਆਉਣਾ ਹੈ ਬਾਗਾਂ ਦੇ ਵਿੱਚ ਦੀ ਤੁਸੀਂ ਆਉਣਾ ਹੈ ਤੇ ਚੋਟ ਨਗਾਰਿਆਂ ਤੇ ਲਾਇਓ ਠੀਕ ਹੈ ਨਗਾਰਿਆਂ ਤੇ ਚੋਟ ਲਾਉਣੀ ਹੈ ਯਾਨੀ ਪੂਰੀ ਸ਼ਾਨ ਸ਼ੌਕਤ ਸਜ ਧਜ ਹੋਣੀ ਚਾਹੀਦੀ ਹੈ ਬਰਾਤ ਜਿਹੜੀ ਹੈ ਜਾਂ ਜੰਜ ਹੈ ਉਹ ਪੂਰੇ ਸ਼ਾਨ ਸ਼ੌਕਤ ਨਾਲ ਠਾਠ ਬਾਠ ਨਾਲ ਪੂਰੀ ਚੜਤ ਹੋਣੀ ਚਾਹੀਦੀ ਹੈ ਜਦੋਂ ਹਨਾ ਜਨ ਦੀ ਤੇ ਖਾਣਾ ਰਾਜਿਆਂ ਦੇ ਘਰ ਖਾਣਾ ਹੈ ਯਾਨੀ ਕਿ ਖਾਣਾ ਹੈ ਜਿਹੜਾ ਅੱਗੇ ਤੁਸੀਂ ਜਿਹੜਾ ਜੋ ਵੀ ਲੰਗਰ ਪਾਣੀ ਹੋਊਗਾ ਉਹ ਉੱਥੇ ਤੁਸੀਂ ਖਾਣਾ ਹੈ ਠੀਕ ਹੈ ਅੱਗੇ ਕਿਉਂਕਿ ਜਿਨ੍ਹਾਂ ਦੇ ਘਰੇ ਟੁੱਕਣਾ ਹੈ ਉਹ ਵੀ ਅੱਗੇ ਸਰਦਾਰ ਲੋਕ ਨੇ ਕਹਿੰਦੇ ਕਹਾਉਂਦੇ ਨੇ ਠੀਕ ਹੈ 30 ਸਰਦਾਰਾਂ ਦੀ ਵਿਆਹ ਲਿਆਇਓ ਸ਼ੈਲ ਨਵਾਬਾਂ ਦੇ ਘਰ ਟੁੱਕਣਾ ਦੇਖੋ 30 ਸਰਦਾਰਾਂ ਦੀ ਅੱਗੇ ਵੀ ਜਿਹੜੇ ਹੈ ਉਹ ਬੜੇ ਹੀ ਪੁੱਜਤ ਵਾਲੇ ਨੇ ਠੀਕ ਹੈ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਜਿਹੜੇ ਸਰਦਾਰ ਨੇ ਠੀਕ ਹੈ ਉਹ ਹੈ ਤੇ ਸ਼ੈਲ ਨਵਾਬਾਂ ਦੇ ਘਰ ਟੁੱਕਣਾ ਉਹ ਸ਼ੈਲ ਨੇ ਯਾਨੀ ਕਿ ਚੰਗੀ ਸ਼ਬੀ ਵਾਲੇ ਹਨ ਚੰਗੀ ਉਹਨਾਂ ਦੀ ਜਿਹੜੀ ਆਸੇ ਪਾਸੇ ਜਿਹੜੀ ਹੈ ਉਹ ਪੁੱਜਤ ਹੈ ਆਸੇ ਪਾਸੇ ਉਹਨਾਂ ਨੂੰ ਲੋਕ ਬਹੁਤ ਮੰਨਦੇ ਹਨ ਉਹ ਸਰਦਾਰਾਂ ਦੇ ਘਰ ਹੈ ਜਿਨ੍ਹਾਂ ਦੇ ਘਰੇ ਤੁਸੀਂ ਟੁੱਕਣਾ ਹੈ ਯਾਨੀ ਸ਼ੈਲ ਨਵਾਬਾਂ ਦੇ ਘਰ ਟੁੱਕਣਾ ਜਿੱਥੇ ਤੁਸੀਂ ਬਰਾਤ ਲੈ ਕੇ ਜਾਣੀ ਹੈ ਠੀਕ ਹੈ ਸੋ ਇਹ ਆਪਣਾ ਜਿਹੜਾ ਇੱਕ ਸੁਹਾਗ ਗੀਤ ਹੈ ਠੀਕ ਹੈ ਇਹਦਾ ਹੈ ਕਿ ਆਪਾਂ ਸੁਹਾਗ ਗੀਤ ਜਿਹੜਾ ਮੈਂ ਬਲਿਹਾਰੀ ਵੇ ਮੰਨ ਦਿਆ ਸੁਰਜਣਾ ਠੀਕ ਹੈ ਕਿ ਮਾਂ ਹੈ ਜਿਹੜੀ ਉਹ ਆਪਣੇ ਪੁੱਤਰ ਤੋਂ ਕੁਰਬਾਨ ਜਾਂਦੀ ਹੈ ਠੀਕ ਹੈ ਕਦੇ ਉਹ ਕਦੇ ਉਹ ਘੋੜੀ ਦੀ ਸਿਫਤ ਕਰਦੀ ਹੈ ਕਦੇ ਉਹ ਗਲ ਚ ਪਾਏ ਹੋਏ ਕੈਂਠੇ ਦੀ ਸਿਫਤ ਕਰਦੀ ਹੈ ਠੀਕ ਹੈ ਕਦੇ ਉਹ ਅੱਗੇ ਜਿਸ ਘਰ ਟੁੱਕਣਾ ਹੈ ਧੀ ਵਾਲਿਆਂ ਦੀ ਜਿਹੜੀ ਵੀ ਸਿਫਤ ਕਰਦੀ ਹੈ ਉਹਨਾਂ ਨੂੰ ਸਰਦਾਰ ਕਹਿ ਕੇ ਬੁਲਾਉਂਦੀ ਹੈ ਠੀਕ ਹੈ ਕਿ ਉਹ ਵੀ ਅੱਗੋਂ ਬਹੁਤ ਵੱਡੇ ਸਰਦਾਰ ਨੇ ਯਾਨੀ ਕਿ ਚੰਗੇ ਖਾਨਦਾਨ ਦੇ ਨੇ ਠੀਕ ਹੈ ਕਦੇ ਉਹਨਾਂ ਦੀ ਸਿਫਤ ਕਰਦੀ ਹੈ ਠੀਕ ਹੈ ਕਦੇ ਕਲਗੀ ਦੀ ਸਿਫਤ ਕਰਦੀ ਹੈ ਕਦੇ ਜਾਮੇ ਦੀ ਸਿਫਤ ਕਰਦੀ ਹੈ ਸੋ ਇਸ ਵਿੱਚ ਜਿਹੜਾ ਹੈ ਇਸ ਘੋੜੀ ਜਿਹੜਾ ਹੈ ਗੀਤ ਵਿੱਚ ਮਾਂ ਦਾ ਪਿਆਰ ਹੈ ਜਿਹੜਾ ਉਹ ਪੁੱਤਰ ਦੇ ਪ੍ਰਤੀ ਠੀਕ ਹੈ ਬਹੁਤ ਜਿਹੜਾ ਹੈ ਇੱਕ ਤਰ੍ਹਾਂ ਉਮੜ ਰਿਹਾ ਹੈ ਪੂਰਾ ਮਤਲਬ ਜਿਹੜਾ ਹੈ ਪਿਆਰ ਡੁੱਲ ਡੁੱਲ ਪੈ ਰਿਹਾ ਹੈ ਤੇ ਉਹ ਇਸ ਚੀਜ਼ ਨੂੰ ਇਸ ਜਿਹੜਾ ਹੈ ਗੀਤ ਵਿੱਚ ਦਿਖਾਇਆ ਗਿਆ ਹੈ ਕਿ ਮਾਂ ਹੈ ਜਿਹੜੀ ਉਹ ਆਪਣੇ ਪੁੱਤਰ ਦੀ ਹਰ ਗੱਲ ਤੇ ਬਲਹਾਰੇ ਜਾਂਦੀ ਹੈ ਠੀਕ ਹੈ ਅੰਗ ਅੰਗ ਦੀ ਉਹਨਾਂ ਦੀ ਸਿਫਤ ਕਰਦੀ ਹੈ ਤੇ ਜਿਸ ਪਰਿਵਾਰ ਨਾਲ ਉਹਨਾਂ ਦਾ ਰਿਸ਼ਤਾ ਜੁੜਨਾ ਹੈ ਉਹਨਾਂ ਦੀ ਵੀ ਸਿਫਤ ਕਰ ਰਹੀ ਹੈ ਠੀਕ ਹੈ ਸੋ ਅੱਗੇ ਆਪਾਂ ਦੂਸਰਾ ਜਿਹੜਾ ਹੈ ਘੋੜੀਆਂ ਦਾ ਜਿਹੜਾ ਦੂਸਰਾ ਗੀਤ ਹੈ ਲੋਕਗੀਤ ਉਹ ਆਪਾਂ ਦੇਖਦੇ ਹੈ ਕਲਗੀ ਭੈਣਾ ਦਾ ਪਿਆਰ ਠੀਕ ਹੈ ਸੋ ਇਸ ਤਰ੍ਹਾਂ ਇਹ ਉਹ ਮਾਂ ਵੱਲੋਂ ਸੀ ਜਿਹੜਾ ਆਪਾਂ ਹੁਣ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ਇਹ ਹੁਣ ਭੈਣਾ ਹੈ ਜਿਹੜੀਆਂ ਉਹ ਵੀਰ ਦੇ ਪ੍ਰਤੀ ਸਦਕੇ ਜਾਂਦੀਆਂ ਹਨ ਬਲਿਹਾਰੇ ਜਾਂਦੀਆਂ ਹਨ ਉਹ ਕਿਵੇਂ ਜਾਂਦੀਆਂ ਹਨ ਆਪਾਂ ਦੇਖਦੇ ਹਾਂ ਇਹਨਾਂ ਨੂੰ ਵੀ ਆਪਾਂ ਜੇ ਮਤਲਬ ਗਾਉਣਾ ਚਾਹੀਏ ਕਿ ਤਾਂ ਥੋੜਾ ਮੈਂ ਦੱਸ ਦਿਨਾ ਹੈਗੇ ਠੀਕ ਹੈ ਹੋਰ ਵੀ ਲੋਕ ਤੁਣ ਹੋਊਗੀ ਕਿਤੋਂ ਆਪਣੇ ਤੁਸੀਂ ਹੋਰ ਵੀ ਪਤਾ ਕਰ ਸਕਦੇ ਹੋ ਪੁਰਾਣੇ ਬਜ਼ੁਰਗਾਂ ਤੋਂ ਜਦੋਂ ਉਹ ਗਾਉਂਦੇ ਸਨ ਠੀਕ ਹੈ ਲਾਹੌਰੋਂ ਮਾਲਣ ਆਈ ਲਾਹੌਰੋਂ ਮਾਲਣ ਆਈ ਵੀਰਾ ਤੇਰਾ ਸੇਰੇ ਗੁੰਦ ਲਾਈ ਵੀਰਾ ਤੇਰੇ ਸੇਰੇ ਗੁੰਦ ਲਾਈ ਚੰਦਾ ਤੇਰੇ ਸੇਰੇ ਗੁੰਦ ਲਾਈ ਵੀਰਾ ਤੇਰੇ ਸੇਰੇ ਦਾ ਕੀ ਮੁੱਲ ਵੀਰਾ ਤੇਰੇ ਸੇਰੇ ਦਾ ਕੀ ਮੁੱਲ ਇੱਕ ਲੱਖ ਤੇ ਡੇਢ ਹਜ਼ਾਰ ਪੈਣੇ ਇੱਕ ਲੱਖ ਤੇ ਡੇਢ ਹਜ਼ਾਰ ਪੈਣੇ ਸੋ ਇਸ ਤਰ੍ਹਾਂ ਇਹਨੂੰ ਆਪਾਂ ਜੇ ਗਾਉਣਾ ਚਾਹੀਏ ਆਪਾਂ ਹੁਣ ਇਹਨਾਂ ਦੇ ਅਰਥ ਸਮਝਦੇ ਆਂ ਅੱਗੇ ਕਿ ਵੈਸੇ ਇਹ ਕੋਈ ਇੰਨਾ ਜਿਹੜਾ ਹੈ ਅਰਥੇ ਦੇ ਕੋਈ ਉਹ ਨਹੀਂ ਹੁੰਦੇਗੇ ਕਿ ਸਮਝਣੇ ਔਖੇ ਹੋ ਜਾਣ ਪਰ ਫਿਰ ਵੀ ਆਪਾਂ ਜਿੰਨੇ ਕ ਸ਼ਬਦੀ ਅਰਥ ਹੈ ਦੇਖਦੇ ਹਾਂ ਕਿ ਲਾਹੌਰੋਂ ਮਾਲਣ ਆਈ ਠੀਕ ਹੈ ਮਾਲਣ ਆਪਾਂ ਪੜ੍ਹਿਆ ਹੀ ਸੀਗਾ ਕਿ ਸੇਰਾ ਗੁੰਦ ਕੇ ਜਿਹੜਾ ਲਿਆਉਂਦੀ ਹੈ ਉਹ ਮਾਲਣ ਹੁੰਦੀ ਹੈ ਠੀਕ ਹੈ ਆਪਾਂ ਜਦੋਂ ਘੋੜੀਆਂ ਦੇ ਬਾਰੇ ਉਹਨਾਂ ਦੀ ਪਰਿਭਾਸ਼ਾ ਉਹਨਾਂ ਦੇ ਬਾਰੇ ਆਪਾਂ ਮੁੰਡਲੀ ਜਿਹੜੀ ਜਾਣਕਾਰੀ ਲਈ ਸੀ ਉਹਦੇ ਵਿੱਚ ਆਪਾਂ ਦੇਖਿਆ ਸੀ ਕਿ ਮਾਲਣ ਜਿਹੜਾ ਹੈ ਸੇਰਾ ਗੁੰਦ ਕੇ ਲਿਆਉਂਦੀ ਹੈ ਔਰ ਸੇਰਾ ਇਹ ਕਿੱਥੋਂ ਲਿਆਂਦਾ ਗਿਆ ਲਾਹੌਰ ਤੋਂ ਲਿਆਂਦਾ ਗਿਆ ਠੀਕ ਹੈ ਲਾਹੌਰ ਤੋਂ ਜਿਹੜਾ ਅੱਜ ਦੇ ਜ਼ਮਾਨੇ 'ਚ ਲਾਹੌਰ ਕਿੱਥੇ ਹੈ ਪਾਕਿਸਤਾਨ ਵਿੱਚ ਰਹਿ ਗਿਆ ਲਾਹੌਰ ਤੋਂ ਇਹ ਜਿਹੜਾ ਹੈ ਉਹ ਮਤਲਬ ਜਿਹੜਾ ਹੈ ਮਾਲਣ ਆਈ ਹੈ ਤੇ ਵੀਰਾ ਤੇਰੇ ਸੇਰੇ ਗੁੰਦ ਲਿਆਈ ਠੀਕ ਹੈ ਇਥੇ ਭੈਣਾ ਆਪਣੇ ਭਰਾ ਦੇ ਜਿਹੜਾ ਹੈ ਪ੍ਰਤੀ ਭੈਣਾ ਦਾ ਜਿਹੜਾ ਭਰਾ ਦੇ ਪ੍ਰਤੀ ਜਿਹੜਾ ਹੈ ਪਿਆਰ ਦਰਸਾਇਆ ਗਿਆ ਹੈ ਵਿਖਾਇਆ ਗਿਆ ਹੈ ਉਹ ਚੀਜ਼ ਹੈ ਇਥੇ ਕਿ ਵੀਰਾ ਤੇਰੇ ਸੇਰੇ ਗੁੰਦ ਲਈ ਆਈ ਸੇਰਾ ਗੁੰਦਣਾ ਡੋਰ ਵਿੱਚ ਫੁੱਲਾਂ ਨੂੰ ਪਰੋਣਾ ਹੈ ਨਾ ਪਰੋ ਕੇ ਉਹ ਲੜੀਆਂ ਬਣਾ ਲੈਣੀਆਂ ਔਰ ਉਹਨੂੰ ਕਹਿੰਦੇ ਗੁੰਦਣਾ ਹੈ ਨਾ ਸੋ ਵੀਰਾ ਤੇਰੇ ਸੇਰੇ ਗੁੰਦ ਲਈ ਆਈ ਚੰਦਾ ਤੇਰੇ ਇਥੇ ਚੰਦਾ ਉਹੀ ਆਪਣੇ ਆਪਣੇ ਭਰਾ ਨੂੰ ਕਹਿ ਰਹੇ ਨੇ ਹੈਨਾ ਭੈਣਾ ਆਪਣੇ ਭਰਾ ਨੂੰ ਚੰਦਾ ਹੈ ਤੇਰੇ ਸੇਰੇ ਗੁੰਦ ਲਈ ਆਈ ਵੀਰਾ ਤੇਰੇ ਸੇਰੇ ਦਾ ਕੀ ਮੁੱਲ ਆਪ ਹੀ ਪੁੱਛਦੀ ਹੈ ਵੀਰਾ ਤੇਰੇ ਸੇਰੇ ਦਾ ਕੀ ਮੁੱਲ ਤੇ ਵੀਰ ਜਿਹੜਾ ਹੈ ਅੱਗੋਂ ਕਹਿੰਦਾ 1 ਲੱਖ ਤੇ ਉੱਤੇ 1.5 ਹਜ਼ਾਰ ਯਾਨੀ 1 ਲੱਖ ਤੇ ਉੱਤੇ 1.5 ਹਜ਼ਾਰ ਹੋਰ ਮੁੱਲ ਹੈ ਮਤਲਬ ਬਹੁਤ ਹੀ ਮਹਿੰਗਾ ਹੈ ਹੈਨਾ ਬਹੁਤ ਹੀ ਮਹਿੰਗਾ ਹੈ ਜਿਹੜਾ ਹੈ ਇਹ ਸੇਰਾ ਹੈ ਬਹੁਤ ਹੀ ਜਿਹੜਾ ਹੈ ਮਹਿੰਗਾ ਹੈ ਤੇ ਇਹ ਸੇਰਾ ਜਿਹੜਾ ਹੈ ਉਹ ਲਾਹੌਰ ਤੋਂ ਮੰਗਵਾਇਆ ਗਿਆ ਹੈ ਤੇ ਖਾਸ ਜਿਹੜਾ ਹੈ ਇਹ ਸੇਰਾ ਮਾਲਣ ਖੁਦ ਜਿਹੜਾ ਹੈ ਗੁੰਦ ਕੇ ਲਿਆਈ ਹੈ ਸੋ ਇੱਥੇ ਇੱਕ ਭੈਣ ਹੈ ਜਿਹੜੀ ਉਹ ਆਪਣੇ ਵੀਰ ਨੂੰ ਸਜਾ ਧਜਾ ਵੇਖ ਕੇ ਠੀਕ ਹੈ ਉਹਦੇ ਪ੍ਰਤੀ ਜਿਹੜਾ ਉਹਦੇ ਅੰਦਰ ਬਲਵਲੇ ਉੱਠਦੇ ਹਨ ਜਿਹੜੇ ਉਹਦੇ ਅੰਦਰ ਖਿਆਲ ਉੱਠਦੇ ਹਨ ਉਹ ਖਿਆਲਾਂ ਨੂੰ ਇੱਕ ਗੀਤ ਵਿੱਚ ਜਿਹੜਾ ਹੈ ਭੈਣ ਵੱਲੋਂ ਪੁਰੋਇਆ ਗਿਆ ਹੈ ਅੱਗੇ ਹੈ ਲਾਹੌਰੋਂ ਦਰਜੀ ਆਇਆ ਹੁਣ ਮਾਲਣ ਵੀ ਉੱਥੋਂ ਆਈ ਤੇ ਲਾਹੌਰ ਤੋਂ ਦਰਜੀ ਵੀ ਆਇਆ ਠੀਕ ਹੈ ਲਾਹੌਰੋਂ ਦਰਜੀ ਆਇਆ ਕਿਉਂਕਿ ਲਾਹੌਰ ਇੱਕ ਪੁਰਾਣੇ ਜ਼ਮਾਨੇ ਚ ਬਹੁਤ ਮੰਨਿਆ ਤੰਨਿਆ ਸ਼ਹਿਰ ਹੁੰਦਾ ਠੀਕ ਹੈ ਅੱਜ ਵੀ ਹੈ ਬਹੁਤ ਮੰਨਿਆ ਤੰਨਿਆ ਇਹ ਮਤਲਬ ਜੋ ਵੀ ਕੁਛ ਆਪਾਂ ਕਹਿ ਦਈਏ ਕਿ ਇੱਕ ਬਹੁਤ ਹੀ ਪੁਰਾਣਾ ਜਿਹੜਾ ਹੈ ਪ੍ਰਾਚੀਨ ਜਿਹੜਾ ਆਪਾਂ ਸ਼ਹਿਰ ਕਹਿ ਲੀਏ ਆਪਾਂ ਉਹ ਸੀਗਾ ਹਨਾ ਸੋ ਇਸ ਕਰਕੇ ਵੀ ਮਤਲਬ ਇੰਨੇ ਵੱਡੇ ਸ਼ਹਿਰ ਚੋਂ ਇੰਨੇ ਵੱਡੀ ਥਾਂ ਤੋਂ ਜਿਹੜਾ ਹੈ ਉੱਥੋਂ ਇਹ ਮਾਲਣ ਵੀ ਆਈ ਜਿਹੜੀ ਸਪੈਸ਼ਲ ਜਿਹੜਾ ਇੱਕ ਖਾਸ ਤੌਰ ਤੇ ਜਿਹੜਾ ਉਹ ਆਪਣੇ ਸੇਹਰਾ ਗੁੰਦ ਕੇ ਲਿਆਈ ਹੈ ਤੇ ਉਸੇ ਤਰ੍ਹਾਂ ਦਰਜੀ ਜਿਹੜਾ ਹੈ ਉਹ ਵੀ ਉੱਥੋਂ ਆਇਆ ਹੈ ਠੀਕ ਹੈ ਔਰ ਵੀਰਾ ਤੇਰੀ ਅਚਕਨ ਸਿਉਂ ਕਰ ਲਿਆ ਹੈ ਅਚਕਨ ਉਹੀ ਜਿਹੜੀ ਵਿਆਹ ਵੇਲੇ ਪੋਸ਼ਾਕ ਪਾਈ ਜਾਂਦੀ ਹੈ ਉਹਨਾਂ ਨੂੰ ਬੋਲਿਆ ਜਾਂਦਾ ਹੈ ਹਨ ਅਚਕਨ ਸਿਉਂ ਕਰ ਲਿਆਇਆ ਵੀਰਾ ਤੇਰੇ ਅਚਕਨ ਦਾ ਕੀ ਮੁੱਲ ਤੇਰੇ ਅਚਕਨ ਦਾ ਕੀ ਮੁੱਲ ਚੰਦਾ ਤੇਰੇ ਅਚਕਨ ਦਾ ਕੀ ਮੁੱਲ ਉੱਥੇ ਵੀ ਇਹੀ ਪੁੱਛਿਆ ਜਾਂਦਾ ਹੈ 1 ਲੱਖ ਤੇ 1.5 ਹਜ਼ਾਰ ਨਹੀਂ ਭਾਣੇ ਇਸ ਦਾ ਮੁੱਲ ਵੀ ਬਹੁਤ ਹੈ ਕਿ 1 ਲੱਖ ਤੇ ਉੱਤੇ 1.5 ਹਜ਼ਾਰ ਹੈ ਯਾਨੀ ਕਿ ਬਹੁਤ ਮਹਿੰਗੀ ਪੋਸ਼ਾਕ ਹੈ ਜਿਹੜੀ ਉਹ ਵੀਰ ਲਈ ਲਿਆਂਦੀ ਗਈ ਹੈ ਉਹ ਠੀਕ ਹੈ ਔਰ ਇਹ ਲਾਹੌਰੋਂ ਦਰਜੀ ਬੁਲਾਇਆ ਗਿਆ ਜਿਸ ਨੇ ਇਹ ਅਚਕਣ ਜਿਹੜੀ ਹੈ ਉਹ ਸਿਉਂਕੇ ਦਿੱਤੀ ਠੀਕ ਹੈ ਇੱਥੇ ਵੀ ਪਹਿਣਾ ਹੈ ਜਿਹੜੀਆਂ ਉਹ ਆਪਣੇ ਵੀਰ ਦੀ ਮਤਲਬ ਹਰ ਗੱਲ ਤੋਂ ਹਰ ਚੀਜ਼ ਤੋਂ ਜਿਹੜਾ ਹੈ ਬਲਹਾਰੇ ਜਾਂਦੀਆਂ ਹਨ ਕੁਰਬਾਨ ਜਾਂਦੀਆਂ ਹਨ ਉਹਨਾਂ ਨੂੰ ਆਪਣਾ ਵੀਰ ਅੱਜ ਸਾਰਿਆਂ ਤੋਂ ਦੁਨੀਆ ਤੋਂ ਸਭ ਤੋਂ ਸੋਹਣਾ ਜਿਹੜਾ ਹੈ ਉਹ ਲੱਗ ਰਿਹਾ ਹੈ ਇੱਕ ਤਾਂ ਉਹ ਲਾੜੇ ਦੇ ਰੂਪ 'ਚ ਹੈ ਉਤੋਂ ਉਹਨਾਂ ਦਾ ਵੀਰ ਹੈ ਮਾਂ ਜਾਇਆ ਹੈ ਤਾਂ ਇਸ ਕਰਕੇ ਉਹ ਬਹੁਤ ਹੀ ਜਿਹੜਾ ਹੈ ਅੱਜ ਪਿਆਰ ਹੈ ਜਿਹੜਾ ਉਹ ਭੈਣਾ ਆਪਣੇ ਵੀਰ ਦੇ ਪ੍ਰਤੀ ਦਰਸਾ ਰਹੀਆਂ ਹਨ ਠੀਕ ਹੈ ਇਸ ਜਿਹੜਾ ਹੈ ਘੋੜੀਆਂ ਗੀਤ ਵਿੱਚ ਫਿਰ ਹੈ ਲਾਹੌਰੋਂ ਸੁਨਿਆਰਾ ਆਇਆ ਹੁਣ ਸੁਨਿਆਰਾ ਵੀ ਜਿਹੜਾ ਹੈ ਉਹ ਲਾਹੌਰੋਂ ਮੰਗਵਾਇਆ ਗਿਆ ਹੈ ਤੇ ਵੀਰਾ ਤੇਰਾ ਕੈਂਠਾ ਕਢ ਕੇ ਲਿਆਇਆ ਕੈਂਠਾ ਗਲ ਵਿੱਚ ਪਾਉਣ ਵਾਲਾ ਇੱਕ ਜਿਹੜਾ ਹੈ ਆਪਾਂ ਭੂਖੜ ਕਹਿ ਦਿੰਨੇ ਆ ਜਾਂ ਆਪਾਂ ਆਭੂਸ਼ਣ ਜਾਂ ਗਹਿਣਾ ਕਹਿ ਦਿੰਨੇ ਆ ਹਨਾ ਕੈਂਠਾ ਠੀਕ ਹੈ ਤੇ ਵੀਰਾ ਤੇਰੇ ਕੈਂਠੇ ਦਾ ਕੀ ਮੁੱਲ ਠੀਕ ਹੈ ਸਿਉਨੇ ਦੇ ਬਣਾਏ ਹੁੰਦੇ ਸੀ ਅੱਗੇ ਕੈਂਠੇ ਠੀਕ ਹੈ ਵੀਰਾ ਤੇਰੇ ਕੈਂਠੇ ਦਾ ਕੀ ਮੁੱਲ ਕੈਂਠੇ ਦਾ ਕੀ ਮੁੱਲ ਚੰਦਾ ਵੇ ਤੇਰੀ ਡੋਰੀ ਦਾ ਕੀ ਮੁੱਲ ਜਿਹੜੇ ਉਹ ਆਪਣੇ ਕੈਂਠਾ ਜਿਸ ਵਿੱਚ ਉਹ ਦੂਜਾ ਸੋਨੇ ਦੀਆਂ ਉਹ ਮੋਹਰਾਂ ਜਾਂ ਉਹ ਆਪਣੀ ਜੁਗਨੀਆਂ ਠੀਕ ਹੈ ਉਸ ਜਿਹੜਾ ਕੈਂਠਾ ਬਣਾਇਆ ਗਿਆ ਉਹਦੀ ਡੋਰ ਹੈ ਜਿਹੜੀ ਉਹ ਡੋਰ ਵੀ ਕਿੰਨੀ ਮਤਲਬ ਵਧੀਆ ਜਿਹੜੀ ਹੈ ਫੱਬ ਰਹੀ ਹੈ ਲੱਗ ਰਹੀ ਹੈ ਉਸ ਦਾ ਕੀ ਮੁੱਲ ਹੈ 1 ਲੱਖ ਤੇ 1.5 ਹਜ਼ਾਰ ਨਹੀਂ ਭੈਣੇ ਤੇ ਵੀਰ ਅੱਗੋਂ ਜਵਾਬ ਦਿੰਦਾ ਹੈ ਕਿ ਇਹ 1 ਲੱਖ ਤੇ ਉਸ ਤੋਂ ਵੀ ਉੱਤੇ ਹੈ ਹਨਾ ਯਾਨੀ ਕਿ ਬਹੁਤ ਮਹਿੰਗਾ ਜਿਹੜਾ ਹੈ ਇੱਕ ਵਧੀਆ ਜਿਹੜਾ ਸਮਾਨ ਹੈ ਜਿਹੜਾ ਲਾੜੇ ਦੇ ਪਾਉਣ ਵਾਲਾ ਉਹ ਜਿਹੜਾ ਹੈ ਮੰਗਵਾਇਆ ਗਿਆ ਠੀਕ ਹੈ ਉਹ ਮਾਲਣ ਵੀ ਜਿਹੜੀ ਹੈ ਲਾਹੌਰ ਤੋਂ ਆਈ ਹੈ ਠੀਕ ਹੈ ਉਹਦਾ ਸੇਹਰਾ ਗੁੰਦ ਕੇ ਲਈ ਆਈ ਹੈ ਫਿਰ ਅਚਕਣ ਹੈ ਜਿਹੜੀ ਉਹ ਵੀ ਲਾਹੌਰ ਤੋਂ ਆਈ ਗਈ ਆਈ ਹੈ ਤੇ ਉਸ ਤੋਂ ਬਾਅਦ ਸੁਨਿਆਰਾ ਹੈ ਜਿਹੜਾ ਉਹ ਵੀ ਲਾਹੌਰ ਤੋਂ ਮੰਗਵਾਇਆ ਗਿਆ ਠੀਕ ਹੈ ਉਸ ਦੇ ਜਿਹੜੇ ਲਾੜੇ ਦੇ ਗਹਿਣੇ ਘੜਨ ਵਾਸਤੇ ਹੈ ਨਾ ਸੋ ਇੱਥੇ ਵੀ ਭੈਣਾਂ ਦਾ ਜਿਹੜਾ ਪਿਆਰ ਹੈ ਉਹ ਡੁੱਲ ਡੁੱਲ ਪੈ ਰਿਹਾ ਹੈ ਚੋ ਚੋ ਪੈ ਰਿਹਾ ਹੈ ਆਪਣੇ ਵੀਰ ਦੇ ਪ੍ਰਤੀ ਠੀਕ ਹੈ ਲਾਹੌਰੋਂ ਲਲਾਰੀ ਆਇਆ ਹੁਣ ਲਲਾਰੀ ਠੀਕ ਹੈ ਲਾਹੌਰੋਂ ਲਲਾਰੀ ਆਇਆ ਲਾਹੌਰੋਂ ਲਲਾਰੀ ਆਇਆ ਵੀਰਾ ਤੇਰੀ ਪੱਗ ਵੇ ਰੰਗਾ ਕੇ ਲਿਆਇਆ ਵੀਰਾ ਤੇਰੀ ਪੱਗ ਵੇ ਰੰਗਾ ਕੇ ਲਿਆਇਆ ਐ ਖਣਾ ਕਿ ਲਾਹੌਰੋਂ ਲਲਾਰੀ ਆਇਆ ਲਲਾਰੀ ਜਿਹੜਾ ਹੈ ਉਹ ਜਿਹੜਾ ਹੈ ਕੱਪੜੇ ਰੰਗਣ ਵਾਲੇ ਜਿਹੜੇ ਹੁੰਦੇ ਹੈ ਹਨਾ ਆ ਕੁੜੀਆਂ ਜਾਂ ਹੋਰ ਆਪਣੇ ਕਈ ਚੁੰਨੀਆਂ ਰੰਗਾ ਕੇ ਲਿਆਉਂਦੀਆਂ ਜਾਂ ਹੋਰ ਸੂਟ ਕਈ ਇਸ ਤਰ੍ਹਾਂ ਦੇ ਆਪਾਂ ਰੰਗਾ ਕੇ ਲਿਆਉਂਦੇ ਹੈ ਨਾ ਉਹਨਾਂ ਨੂੰ ਕਿਹਾ ਜਾਂਦਾ ਹੈ ਵੈਸੇ ਇਹ ਸ਼ਬਦ ਪਹਿਲਾਂ ਨਿਲਾਰੀ ਹੁੰਦਾ ਸੀ ਨੀਲ ਨਾਲ ਕੱਪੜੇ ਰੰਗੇ ਜਾਂਦੇ ਸਨ ਹਨਾ ਨਿਲਾਰੀ ਠੀਕ ਹੈ ਤੇ ਇਸ ਤਰ੍ਹਾਂ ਕਰਕੇ ਇਹ ਹੈਗਾ ਠੀਕ ਹੈ ਨਿਲਾਰੀ ਠੀਕ ਹੈ ਨਿਲਾਰੀ ਤੇ ਉਹ ਨੀਲ ਨਾਲ ਕੱਪੜੇ ਰੰਗਦੇ ਸਨ ਫਿਰ ਹੌਲੀ-ਹੌਲੀ ਇਹ ਜਿਹੜਾ ਹੈ ਲਲਾਰੀ ਬਣ ਗਿਆ ਸ਼ਬਦ ਠੀਕ ਹੈ ਵੀਰਾ ਤੇਰੀ ਪੱਗ ਵੇ ਰੰਗਾ ਕੇ ਲਿਆਇਆ ਵੀਰਾ ਤੇਰੀ ਕਲਗੀ ਦਾ ਕੀ ਮੁੱਲ ਅੱਛਾ ਪੱਗ ਵੀ ਤੇਰੀ ਰੰਗਾ ਕੇ ਲਿਆਇਆ ਠੀਕ ਹੈ ਅੱਗੇ ਕੱਪੜੇ ਜ਼ਿਆਦਾਤਰ ਜਿਹੜੇ ਹੈ ਰੰਗਾ ਲਏ ਜਾਂਦੇ ਸਨ ਹਨਾ ਐਨੇ ਰੰਗਾ ਚ ਨਹੀਂ ਸੀ ਹੁੰਦੇ ਰੰਗਾ ਲਏ ਜਾਂਦੇ ਸਨ ਔਰ ਜਿਹੜਾ ਮਨਪਸੰਦ ਰੰਗ ਆਉਂਦਾ ਸੀ ਉਸ ਉਸ ਰੰਗ ਚ ਰੰਗਾ ਲਿਆ ਜਾਂਦੇ ਸਨ ਹਨਾ ਵੀਰਾ ਤੇਰੀ ਕਲਗੀ ਦਾ ਕੀ ਮੁੱਲ ਪੱਗ ਤੇ ਲਾਉਣ ਵਾਲੀ ਜਿਹੜੀ ਕਲਗੀ ਹੈ ਠੀਕ ਹੈ ਇਹ ਖੰਭਦਾਰ ਹੁੰਦੀ ਸੀ ਹਨਾ ਰਾਜੇ ਮਹਾਰਾਜੇ ਬਾਦਸ਼ਾਹ ਬੰਦੇ ਸਨ ਠੀਕ ਹੈ ਲਾਉਂਦੇ ਸਨ ਉੱਪਰ ਪੱਗ ਦੀ ਸਜਾਵਟ ਲਈ ਠੀਕ ਹੈ ਤੇ ਚੰਦਾ ਤੇਰੀ ਕਲਗੀ ਦਾ ਕੀ ਮੁੱਲ ਠੀਕ ਹੈ ਭੈਣਾ ਕਹਿ ਰਹੀਆਂ ਆਪਣੇ ਵੀਰ ਨੂੰ ਕਿ ਵੀਰਾ ਤੇਰੀ ਕਲਗੀ ਦਾ ਕੀ ਮੁੱਲ ਚੰਦਾ ਤੇਰੀ ਕਲਗੀ ਦਾ ਕੀ ਮੁੱਲ ਤੇ ਬੀਬੀ ਕਲਗੀ ਭੈਣਾ ਦਾ ਪਿਆਰ ਨਹੀਂ ਬੀਬੀ ਕਲਗੀ ਭੈਣਾ ਦਾ ਪਿਆਰ ਹੁਣ ਇੱਥੇ ਦੇਖੋ ਆਪਾਂ ਅੱਗੇ ਜਿਹੜੀ ਚੀਜ਼ ਸੀ ਉਹਦਾ ਮੁੱਲ ਹੈ ਹਨਾ ਇੱਥੇ ਇੱਥੇ ਆਪਾਂ ਇੱਕ ਚੀਜ਼ ਹੋਰ ਦੇਖਣ ਨੂੰ ਆਪਾਂ ਪਿੱਛੇ ਦੇਖੋ ਆਹ ਦੇਖੋ ਹੁਣ ਇੱਥੇ ਕੀ ਹੈ ਚੰਦਾ ਵੇ ਤੇਰੀ ਡੋਰੀ ਦਾ ਕੀ ਮੁੱਲ 1 ਲੱਖ ਤੇ 1.5 ਹਜ਼ਾਰ ਨਹੀਂ ਭੜਨੇ ਹਰ ਵਾਰ 1 ਲੱਖ ਤੇ 1.5 ਹਜ਼ਾਰ ਭੜ ਜਿਹੜਾ ਹੈ ਭਰਾ ਕਹਿੰਦਾ ਸੀਗਾ ਪਰ ਇੱਥੇ ਕਲਗੀ ਜਿਹੜੀ ਹੈ ਜਿਹੜੀ ਆਪਣੇ ਗੁਰੂ ਪਾਤਸ਼ਾਹ ਵੱਲੋਂ ਵੀ ਜਿਹੜੀ ਹੈ ਲਗਾਈ ਲਗਾਈ ਜਾਂਦੀ ਸੀ ਪੱਗ ਤੇ ਹਨਾ ਇਸੇ ਕਰਕੇ ਦਸਵੇਂ ਸਪਤਾ ਜੀ ਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਸਨ ਹਨਾ ਤੋ ਇੱਥੇ ਉਹ ਗੱਲ ਹੈ ਕਿ ਬੀਬੀ ਕਲਗੀ ਭੈਣਾ ਦਾ ਪਿਆਰ ਕਲਗੀ ਦਾ ਕੋਈ ਮੁੱਲ ਨਹੀਂ ਕਲਗੀ ਅਨਮੋਲ ਹੈ ਠੀਕ ਹੈ ਇੱਥੇ ਕੀ ਕਿਹਾ ਗਿਆ ਹੈ ਕਿ ਕਲਗੀ ਹੈ ਜਿਹੜੀ ਉਹ ਭੈਣਾ ਦਾ ਪਿਆਰ ਹੈ ਔਰ ਭੈਣਾ ਦੇ ਪਿਆਰ ਦਾ ਕੋਈ ਵੀ ਮੁੱਲ ਨਹੀਂ ਦਿੱਤਾ ਜਾ ਸਕਦਾ ਠੀਕ ਹੈ ਔਰ ਕਲਗੀ ਜਿਹੜੀ ਹੈ ਉਸ ਨੂੰ ਬਹੁਤ ਸਾਰਿਆਂ ਤੋਂ ਉੱਚਾ ਸੋਚਿਆ ਗਿਣ ਕੇ ਠੀਕ ਹੈ ਦਸਤਾਰ ਕਲਗੀ ਨੂੰ ਪੱਗ ਯਾਨੀ ਪੱਗ ਤੇ ਕਲਗੀ ਨੂੰ ਇੰਨਾ ਉੱਚਾ ਸੁੱਚਾ ਗਿਣ ਗਿਣਿਆ ਗਿਆ ਹੈ ਕਿ ਉੱਥੇ ਉਹਦਾ ਕੋਈ ਮੁੱਲ ਨਹੀਂ ਦਿੱਤਾ ਗਿਆ ਦੇਖੋ ਇੱਥੇ ਕੋਈ ਮੁੱਲ ਨਹੀਂ ਹੈ ਹੈਨਾ ਨਹੀਂ ਆਇਆ ਨਾ ਕਿ ਵੀਰਾ ਤੇਰੀ ਪੱਗਵੇਂ ਰੰਗਾ ਕੇ ਲਿਆਇਆ ਵੀਰਾ ਤੇਰੀ ਕਲਗੀ ਦਾ ਕੀ ਮੁੱਲ ਚੰਦਾ ਤੇਰੀ ਕਲਗੀ ਦਾ ਕੀ ਮੁੱਲ ਪਰ ਬੀਬੀ ਬੀਬੀ ਹੁੰਦਾ ਭੈਣ ਨੂੰ ਕਿਹਾ ਜਾਂਦਾ ਹੈ ਵੀਰ ਆਪਾਂ ਕਹਿੰਦੇ ਬੀਬੀਏ ਨਹੀਂ ਬੀਬੀ ਭੈਣ ਹੈ ਹੈਨਾ ਬੀਬੀ ਕੇ ਆਪਾਂ ਮਾਂ ਨੂੰ ਵੀ ਕਹਿ ਦਿੰਦੇ ਆ ਪਰ ਬੀਬੀ ਆਮ ਜਿਹੜੀ ਐ ਸਿਆਣੀ ਕੁੜੀ ਜਾਂ ਮਤਲਬ ਭੈਣ ਨੂੰ ਵੀ ਆਪਣੇ ਜਿਹੜਾ ਹੈ ਬੀਬੀ ਕਹਿ ਦਿੰਦੇ ਆ ਹਨਾ ਜਾਂ ਕਾਕੀ ਕਹਿ ਦਿੰਦੇ ਆ ਜਾਂ ਬੀਬੀ ਕਹਿ ਦਿੰਦੇ ਆ ਇੱਥੇ ਬੀਬੀ ਪੈ ਆਪਣੇ ਭੈਣ ਨੂੰ ਕਹਿ ਰਿਹਾ ਹੈ ਭਰਾ ਕਿ ਬੀਬੀ ਕੱਲ ਕੀ ਭੈਣਾਂ ਦਾ ਪਿਆਰ ਠੀਕ ਹੈ ਨਹੀਂ ਬੀਬੀ ਕਲਗੀ ਭੈਣਾ ਦਾ ਪਿਆਰ ਇੱਥੇ ਭਰਾ ਕੋਈ ਮੁੱਲ ਨਹੀਂ ਦਰਸਾ ਰਿਹਾ ਦੇਖੋ ਕਿੰਨਾ ਉੱਚਾ ਸੁੱਚਾ ਜਿਹੜਾ ਹੈ ਕਲਗੀ ਨੂੰ ਸਮਝਿਆ ਗਿਆ ਹੈ ਪੱਗ ਨੂੰ ਸਮਝਿਆ ਗਿਆ ਹੈ ਤੇ ਭੈਣਾ ਦੇ ਪਿਆਰ ਨੂੰ ਵੀ ਸਮਝਿਆ ਗਿਆ ਹੈ ਇਹਨਾਂ ਦਾ ਜਿਹੜਾ ਕੋਈ ਵੀ ਮੁੱਲ ਨਹੀਂ ਇਹ ਅਣਮੋਲ ਨੇ ਤੇ ਇਸੇ ਕਰਕੇ ਦੇਖੋ ਆਪਣੇ ਇਸ ਜਿਹੜੇ ਹੈ ਘੋੜੀਆਂ ਗੀਤ ਵਿੱਚ ਕਲਗੀ ਭੈਣਾ ਦਾ ਪਿਆਰ ਠੀਕ ਹੈ ਸਰਲੇਖ ਵੀ ਦੇਖੋ ਇਹੀ ਰੱਖਿਆ ਗਿਆ ਹੈ ਕਲਗੀ ਭੈਣਾ ਦਾ ਪਿਆਰ ਸਭ ਚੀਜ਼ ਮਾਲਣ ਆਈ ਸੇਹਰਾ ਲਿਆਈ ਠੀਕ ਹੈ ਦਰਜੀ ਆਇਆ ਸੁਨਿਆਰੇ ਆਏ ਲਾਹੌਰ ਤੋਂ ਆਏ ਤੇ ਉਹਨਾਂ ਦਾ ਮੁੱਲ ਵੀ ਦੱਸਿਆ ਗਿਆ ਪਰ ਜਦੋਂ ਕਲਗੀ ਤੇ ਪੱਗ ਆਈ ਤੇ ਉਦੋਂ ਕਿਸੇ ਤਰ੍ਹਾਂ ਦਾ ਮੁੱਲ ਨਹੀਂ ਕਿਉਂਕਿ ਇਹ ਭੈਣਾ ਦਾ ਪਿਆਰ ਹੈ ਔਰ ਭੈਣਾ ਦਾ ਪਿਆਰ ਤੇ ਪੱਗ ਤੇ ਕਲਗੀ ਦਾ ਕੋਈ ਵੀ ਮੁੱਲ ਨਹੀਂ ਦਿੱਤਾ ਜਾ ਸਕਦਾ ਸੋ ਇੱਥੇ ਜਿਹੜਾ ਹੈ ਇਸ ਆਪਣੇ ਗੀਤ ਵਿੱਚ ਭੈਣਾ ਦਾ ਜਿਹੜਾ ਪਿਆਰ ਹੈ ਠੀਕ ਹੈ ਆਪਣੇ ਵੀਰ ਦੇ ਪ੍ਰਤੀ ਉਹ ਬਹੁਤ ਹੀ ਉੱਚਾ ਤੇ ਸੁੱਚਾ ਹੈ ਤੇ ਡੁੱਲ ਡੁੱਲ ਪੈ ਰਿਹਾ ਹੈ ਸੋ ਇੱਥੇ ਆਪਾਂ ਇਹ ਦੇਖਿਆ ਅੱਜ ਜਿਹੜੇ ਹੈ ਆਪਾਂ ਦੋ ਘੋੜੀਆਂ ਦੇ ਜਿਹੜੇ ਗੀਤ ਹੈ ਉਹ ਆਪਾਂ ਦੇਖੇ ਸੋ ਮੈਂ ਉਮੀਦ ਕਰਦਾ ਹਾਂ ਬੇਟਾ ਕਿ ਤੁਹਾਨੂੰ ਇਹ ਵਧੀਆ ਲੱਗਿਆ ਹੋਊਗਾ ਠੀਕ ਹੈ ਤੇ ਅਗਲੀ ਆਉਣ ਵਾਲੇ ਜਿਹੜਾ ਹੈ ਵੀਡੀਓ ਵਿੱਚ ਆਪਾਂ ਇਸ ਤੋਂ ਹੋਰ ਜਿਹੜੇ ਘੋੜੀਆਂ ਦੇ ਗੀਤ ਨੇ ਉਹਨਾਂ ਬਾਰੇ ਆਪਾਂ ਚਰਚਾ ਕਰਾਂਗੇ ਤਦ ਤੱਕ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਨੂੰ ਪਿਆਰੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ